ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁਕ ਜਾਏ। ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁਕ ਜਾਏ। ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ, ਜੰਗ ਚ ਨਿਬੇੜਾ ਚੰਗਾ, ਜੇ ਕਲੇਸ਼ ਮੁੱਕ ਜਾਏ। ਜਵਾਈ ਪਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ, ਟੱਬਰ ਸੰਘਾਊ ਚੰਗਾ, ਜੇ ਝਿੜਕੋ ਤਾਂ ਰੁਕ ਜਾਏ। ਚੌਦਵੀਂ ਦਾ ਚੰਦ ਚੰਗਾ, ਰਜ ਵਾਲੀ ਦਾ ਛੰਦ ਚੰਗਾ, ਆਮ ਦਾ ਆਨੰਦ ਚੰਗਾ, ਲਿਖਦਾ ਸੋਹਣੀ ਤੁਕ ਜੇ। ਵਾਹ ਵੀ ਵਾਹ ਬਗੀਚਾ ਸਿੰਘ। ਸਾਧ ਸੰਗਤ, ਬੜਾ ਜਗਰਾਫੀਆ, ਸਤਿਕਾਰਯੋਗ ਬਾਪੂ ਵੀਰ ਬਲ, ਬਾਪੂ ਰਜ ਬਲੀ, ਔਰ ਇਹ ਕਵੀਸ਼ਰੀ ਕਲਾ ਭਾਵੇਂ ਮਾਲਵੇ ਦਾ ਹੁਨਰ ਹੈ, ਪਰ ਮਾਝੇ ਦੇ ਵਿੱਚ ਇਹਨੂੰ ਅਸੀਂ ਸਾਧ ਸੰਗਤ ਜੀ ਐਸਾ ਇਹਦੇ 'ਤੇ ਰੰਗ ਚਾੜਿਆ ਆਪਣੀ ਮਿਹਨਤ ਨਾਲ। ਭਾਵੇਂ ਗਿਆਨੀ ਜੋਗਾ ਸਿੰਘ ਜੋਗੀ, ਜਗੀਰ ਸਿੰਘ ਮਸਤ, ਗਿਆਨੀ ਬਲਦੇਵ ਸਿੰਘ ਬੈਂਕਾ, ਸਤਿਕਾਰਯੋਗ ਮੇਰੇ ਪਿਤਾ ਗਿਆਨੀ ਸਰੂਪ ਸਿੰਘ ਸੂਰਵਿੰਡ, ਔਰ ਬਾਪੂ ਕਰਤਾਰ ਸਿੰਘ ਜੀ ਵਧਨੀ, ਇਹਨਾਂ ਕਵੀਸ਼ਰਾਂ ਦੇ ਅਸੀਂ ਪੈਰਾਂ ਵਰਗੇ ਵੀ ਨਹੀਂ। ਪਰ ਇੱਕ ਕਵੀ ਕਹਿੰਦਾ, ਡੁੱਬਣ ਲੱਗਾ ਸੂਰਜ ਬੋਲਿਆ, ਹੈ ਕੋ ਪਿੱਛੋਂ ਕੰਮ ਕਰੇ ਮੇਰਾ, ਕਹਿੰਦੇ ਮਿੱਟੀ ਦਾ ਦੀਵਾ ਬੋਲਿਆ, ਯਤਨ ਕਰਾਂਗਾ। ਅਸੀਂ ਤੇ ਯਤਨ ਕਰ ਰਹੇ ਹਾਂ, ਆਓ ਸਰਮ। ਇੱਕ ਓਂਕਾਰ ਸਤਨਾਮ ਕਹਿ ਕੇ ਤੇ ਉੱਠੀ ਬੀਬੀ, ਵਾਹਿਗੁਰੂ ਦਾ ਨਾਮ ਲੈ ਕੇ ਤੇ ਉੱਠੀ ਬੀਬੀ, ਵਾਹਿਗੁਰੂ ਦਾ ਨਾਮ ਲੈ ਕੇ ਤੇ ਸਤਨਾਮ, ਸਤਨਾਮ ਮੁੱਖੋਂ ਗਾਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ। ਓ ਇੱਕ ਓਂਕਾਰ ਸਤਨਾਮ ਕਹਿ ਕੇ ਤੇ ਉੱਠੀ ਬੀਬੀ, ਵਾਹਿਗੁਰੂ ਦਾ ਨਾਮ ਲੈ ਕੇ ਤੇ ਉੱਠੀ ਬੀਬੀ, ਵਾਹਿਗੁਰੂ ਦਾ ਨਾਮ ਲੈ ਕੇ ਤੇ। ਓ ਸਤਨਾਮ, ਸਤਨਾਮ ਮੁੱਖੋਂ ਗਾਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ। ਦਲਿਤਰੀ ਪੁਜਾਤੀ ਸਾਰੀ ਐ, ਘਰ ਚੋਂ ਦਲਿਤਰੀ ਪੁਜਾਤੀ ਸਾਰੀ ਐ। ਓ ਨਾਲੇ ਕੰਮ ਕਾਜ ਕਰਦੇ ਮਕਾਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ। ਭਰ ਕੇ ਤੇ ਪਾਣੀ ਕੀਤਾ ਇਸ਼ਨਾਨ ਹੈ, ਹਰ ਕੇ ਤੇ ਪਾਣੀ ਕੀਤਾ ਇਸ਼ਨਾਨ ਹੈ, ਨਾਲੇ ਰੱਬ ਨਾਲ ਜੋੜਿਆ ਧਿਆਨ ਹੈ, ਨਾਲੇ ਰੱਬ ਨਾਲ ਜੋੜਿਆ ਧਿਆਨ ਹੈ। ਓ ਸੱਤੇ ਦਿਲਾਂ ਬੈਠਿਓ, ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ। ਓ ਚਾਟੀ ਵਿੱਚ ਫੇਰ, ਚਾਟੀ ਵਿੱਚ ਫੇਰ ਰੱਖ ਲਈ ਮਦਾਨੀ ਐ। ਆਪਾਂ ਸਾਰੇ ਪੰਜਾਬ ਤੋਂ ਆਏ, ਜਿਹੜਾ ਪੰਜਾਬ ਗੁਰੂਆਂ ਦੇ ਨਾਂ 'ਤੇ ਜਿਉਂਦਾ। ਸਾਧ ਸੰਗਤ, ਹੁਣ ਤੇ ਸਮਾਂ ਬਦਲ ਗਿਆ, ਪਿੱਛੇ ਭੈਣਾਂ ਨੇ ਅੰਮ੍ਰਿਤ ਵੇਲੇ ਉੱਠਣਾ। ਆਪ ਸਾਧ ਸੰਗਤ ਜੀ ਹੱਥੀਂ ਦੁੱਧ ਰਿੜਕਣਾ, ਨਾਲੇ ਦੁੱਧ ਰਿੜਕਣਾ, ਨਾਲੇ ਵਰਜਿਸ਼, ਨਾਲੇ ਵਾਹਿਗੁਰੂ ਦਾ ਨਾਂ, ਨਾਲੇ ਗੁਰੂ ਕੀ ਬਾਣੀ ਪੜ੍ਹਨੀ, ਤਾਂ ਉਹਨਾਂ ਪਦਾਰਥਾਂ ਵਿੱਚ ਕਿੰਨੀ ਬਰਕਤ ਹੋਇਆ ਕਰਦੀ ਸੀ। ਸਤਿਕਾਰਯੋਗ ਸਾਧ ਸੰਗਤ, ਅੱਜ ਕਿਉਂ ਨਹੀਂ ਬਰਕਤ? ਕਿਉਂਕਿ ਇੱਕ ਤਾਂ ਅਸੀਂ ਉੱਠਦੇ ਲੇਟ ਹੈ, ਦੂਜਾ ਸਤਿਕਾਰਯੋਗ ਸਾਧ ਸੰਗਤ ਜੀ ਬਾਣੀ ਪੜ੍ਹਨੋਂ ਤੇ ਦੂਰ, ਵਾਹਿਗੁਰੂ ਆ ਕੇ ਦੀ ਰਾਜੀ। ਉਹ ਕਰਮਾਂ ਵਾਲੇ ਪਰਿਵਾਰ ਹੈ, ਭੈਣਾਂ ਨੇ ਆਪ ਹੱਥੀਂ ਵਰਜਿਸ਼ ਕਰਨੀ, ਦੁੱਧ ਰਿੜਕਣਾ। ਅੱਜ ਸਾਧ ਸੰਗਤ ਜੀ ਫਿਰ ਰੋਗ ਤਾਂ ਹੀ ਵੱਧ ਗਏ ਨਾ, ਮੁੜ ਕੇ ਕਹਿਣਗੇ ਸ਼ੂਗਰ ਹੋ ਗਈ ਹੈ,
ਬੀ ਪੀ ਵਧਣ ਲੱਗ ਪਿਆ, ਜੁਰੋ ਐਸ਼ਟ ਵੱਧ ਗਿਆ, ਕਿਉਂ ਵੱਧ ਗਿਆ, ਕਿਉਂਕਿ ਪਿਛਲੀ ਮਰਿਆਦਾ ਭੁੱਲ ਗਏ। ਚਾਟੀ ਵਿੱਚ ਫੇਰ, ਚਾਟੀ ਵਿੱਚ ਫੇਰ ਰੱਖ ਲਈ ਮਦਾਨੀਏ, ਨਾਲੇ ਸ਼ੁਰੂ ਕੀਤੀ ਜਪ ਜੀ ਦੀ ਬਾਣੀ ਐ, ਨਾਲੇ ਸ਼ੁਰੂ ਕੀਤੀ ਜਪ ਜੀ। ਇਨਸਾਨ ਜੀ ਚੰਗੇ ਗੁਣਾਂ ਵਾਲਾ ਬੰਦਾ ਹੀ ਮਹਾਨ ਜੀ, ਸ਼ੁਭ ਗੁਣਾਂ ਵਾਲਾ ਬੰਦਾ ਹੀ ਮਹਾਨ ਜੀ। ਉਹ ਮਿੱਠਾ ਜਿਹਾ ਬੋਲੇ, ਮਿੱਠਾ ਜਿਹਾ ਬੁਲਾਉਂਦੀ ਐ, ਮਿੱਠਾ ਜਿਹਾ ਬੋਲੇ, ਮਿੱਠਾ ਜਿਹਾ ਬੋਲੇ, ਮਿੱਠਾ ਜਿਹਾ ਬੁਲਾਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ। ਜਿੱਥੇ ਨਾਮ ਬਾਣੀ, ਜਿੱਥੇ ਨਾਮ ਬਾਣੀ ਵਾਲਾ ਪ੍ਰਤਾਪ ਜੀ, ਕਹਿੰਦੇ ਉੱਥੇ ਵਸਦਾ ਪ੍ਰਭੂ ਆਪ ਜੀ, ਕਹਿੰਦੇ ਉੱਥੇ ਵਸਦਾ ਪ੍ਰਭੂ ਆਪ ਜੀ। ਸਮਝਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਆਸਾ ਪੂਰੀ ਕਰੇ ਆਸਾ, ਭਰਮਾ ਚੋਂ ਕੱਢੇ ਬਾਰ ਜੀ। ਉਹ ਸੱਚ ਵਾਲਾ ਇਹ ਤਾਂ ਰਸਤਾ ਬਤਾਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ।